ਸੌਣੋ ਪਿਆਰੇ ਪ੍ਰਸ਼ਸਿਕਾ ਦੋਸਤੋ ਗੱਲ ਕਰਨ ਜਾ ਰਹੇ ਹਾਂ ਜੇ ਰੰਦਾਵਾ ਨਾਲ ਹੀ ਦੋਸਤੋ ਗੱਲ ਹੋਏਗੀ ਸਿੱਧੂ ਮੂਸੇਵਾਲੇ ਤੁਹਾਨੂੰ ਦੱਸਣੇ ਦੋਸਤੋ ਜੇ ਰੰਦਾਵਾ ਦੀ ਫਿਲਮ ਰਿਲੀਜ਼ ਹੋਣੀ ਹੈ ਮੈਡ ਲੇਕਿਨ ਉਸ ਤੋਂ ਪਹਿਲਾਂ ਜੇ ਰੰਦਾਵਾ ਨੇ ਇੱਕ ਪੰਗਾ ਪੈ ਚੁੱਕਾ ਹੈ ਜੀ ਹਾਂ ਦੋਸਤੋ ਇਸ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਜੇ ਰੰਦਾਵਾ ਨੇ ਇੱਕ ਸਿਰਮਣਤੀ ਸੀ ਕਿ ਇਸ ਫਿਲਮ ਦੇ ਨਾਲ ਕੋਈ ਵੀ ਫਿਰ ਮੋਰ ਕਲੈਸ਼ ਨਾ ਕਰਿਓ ਇੱਕ ਤਰ੍ਹਾਂ ਨਾਲ ਉਹਨਾਂ ਨੇ ਰਿਕੁਐਸਟ ਕੀਤੀ ਸੀ ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜੇ ਵੀ ਫਿਲਮਾਂ ਪ੍ਰੋਡਿਊਸ ਕਰਦੇ ਨੇ ਉਹਨਾਂ ਨੂੰ ਲੇਕਿਨ ਦੋਸਤੋ ਵਾਈਡ ਹਿੱਲ ਲੈਵਲ 'ਤੇ ਇੱਕ ਫਿਲਮ ਅਨਾ ਆ ਗਿਆ ਤਾਂ ਦਾ ਜਨ ਦੋਸਤੋ ਇਹ ਹੀ ਕੁਛ ਮੂਸਾ ਜੜ ਫਿਲਮ ਨਾ ਹੋਇਆ ਸੀ ਸਿੱਧੂ ਮੂਸੇਵਾਲਾ ਦੀ ਫਿਲਮ ਜਦੋਂ ਚੱਲ ਮੇਰਾ ਪੁੱਤ ਰਿਲੀਜ਼ ਹੋਣੀ ਸੀ ਪਹਿਲਾਂ ਦੋਸਤੋ ਮੂਸਾ ਜੜ ਦੇ ਨਾਲ ਕੋਈ ਵੀ ਫਿਲਮ ਕਲੈਸ਼ ਨਹੀਂ ਕਰਦੀ ਪਈ ਸੀ ਲੇਕਿਨ ਦੋਸਤੋ ਉਸ ਤੋਂ ਬਾਅਦ ਚੱਲ ਮੇਰਾ ਪੁੱਤ ਜਿਹੜੀ ਰਿਲੀਜ਼ ਹੋਣੇਗੀ ਸੀ ਉਹ ਮੂਸਾ ਜੜ ਦੇ ਨਾਲ ਰੱਖ ਦਿੱਤੀ ਗਈ ਜਿਸ ਤੋਂ ਬਾਅਦ ਕਾਫੀ ਕੌਂਟਰੋਵਰਸੀ ਵੱਧ ਗਈ ਸੀ ਤੁਹਾਨੂੰ ਇਹਦੇ ਬਾਰੇ ਦੋਸਤੋ ਪਤਾ ਹੀ ਹੋਏਗਾ ਸੋਸ਼ਲ ਮੀਡੀਆ ਉੱਪਰ ਇਹਦੀਆਂ ਅਲੱਗ-ਅਲੱਗ ਵੀਡੀਓਜ਼ ਸਾਹਮਣੇ ਆਈਆਂ ਸੀ ਜਿੰਦੇ ਉੱਪਰ ਕਿਹਾ ਜਾ ਰਿਹਾ ਸੀ ਕਿ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਫ ਜੇਰਨ ਆਵਾਦੀ ਫਿਲਮ ਮੈਲ ਦੇ ਨਾਲੇ ਇੱਕ ਵਾਰੀ ਫੇਰ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਦੇ ਨਾਲ ਕਲੈਸ਼ ਕਰਾਉਣ ਦੇ ਲਈ ਵਾਈਡ ਹਿੱਲ ਵੱਲੋਂ 2 ਜੂਨ ਨੂੰ ਫਿਲਮ ਰਿਲੀਜ਼ ਕੀ ਦੀ ਯਾਰੀ ਲੈਂਬਰਗੀਨੀ ਤੁਹਾਡਾ ਇਹਨਾਂ ਉੱਪਰ ਦੱਸੋ ਕੀ ਕਹਿਣਾ ਕਮੈਂਟ ਸੈਸ਼ਨ ਆਪਣੀ ਰਾਏ ਜ਼ਰੂਰ ਦਿਓ